ड्रग केस दे विच चंद्रा डीएसपी जगदीश भोला जिहड़ा विक्रम दीठे हुणां दा खस खस रहा उहदे परिवार दे वल्लों करजे दे बदले तंग परेशान किया जा रहा चार किल्लियां दा मालक आ उहने करजे दे सताए होए ने खुदकशी कर दी हुणे हुणे जिहड़ी खबर मिली है कि इत्थे मतलब प्रबंध नहीं सीगे उहनूं मैडिकल कॉलेज दे विच फरीदकोट लिजाया गया सी और फरीदकोट दे डाक्टरां ने उहनूं मृतक ऐलान दित्ता। इस जिले का प्रशासन भी जिम्मेवार और इतों की सरकार आ जिहड़ी इहदियां नीतियां ही पूरी तरह नाल जिम्मेवार। नरमे की फसल के हुए नुकसान के मुआवजे लिए किसान श्री मुक्तसर साहब के डीसी दफ्तर के बाहर धरने पर बैठे ने। इस धरने के दौरान उदो हफड़ा तफड़ी मच गई जो बठिंडा तो आए किसान ने सल्फास दियां गोलियां खा लिया। जानकारी के मुताबिक किसान करजे तो परेशान सी। घटना यह वापरी है कि साढ़े अज के घराओ च शामिल होने वास्ते जिला बठिंडा के पिंड रायके का किसान आ जिहड़ा विंदर सिंह जिहड़ा चार किल्लियां दा मालिक आ उहने करजे दे सताए हुए ने खुदकशी कर ली आ सल्फास निकल के। हुणे हुणे जिहड़ी खबर मिली है कि इत्थे मतलब प्रबंध नहीं सीगे उहनूं मैडिकल कॉलेज दे विच फरीदकोट लिजाया गया सी और फरीदकोट दे डाक्टरां ने उहनूं मृतक ऐलान दित्ता उहदी खुदकशी हो चुकी है। और असीं समझदे आ कि इहदे लई इस जिले का प्रशासन भी जिम्मेवार आ और इत्थों की सरकार आ जिहड़ी इहदियां नीतियां ही पूरी तरह नाल जिम्मेवार आ क्योंकि जिहड़ा किसान आ विंदर सिंह जिहड़ा चार किल्लियां दा मालिक आ उहदे परिवार नूं ते उहनूं जिहड़ा ड्रग केस दे विच अंदर आ डीएसपी जगदीश भोला जिहड़ा विक्रम जीठे हुणां दा खसम खस रहा उहदे परिवार दे वल्लों करजे दे बदले तंग परेशान किया जा रहा सी। कुछ समा पहलां ही साडियां जथेबंदियां ने विच पै के ਉਹ ਫੈਸਲਾ ਕਰਵਾ ਦਿੱਤਾ ਸੀ। ਉਦੋਂ ਕਹਿੰਦੇ ਸੀ ਸਿਰਫ 8 ਲੱਖ ਰੁਪਈਆ ਰਹਿੰਦਾ ਸਾਡਾ, 8 ਲੱਖ ਰੁਪਈਆ ਦਵਾ ਦਿੱਤਾ ਜਾਵੇ ਔਰ ਉਸ ਪਰਿਵਾਰ ਨੇ ਉਹਨਾਂ ਦਾ 8 ਲੱਖ ਰੁਪਈਆ ਦੇ ਦਿੱਤਾ ਸੀ। ਕਿਹੜੇ ਪਰਸਨ ਦਾ ਦੇਣਾ ਸੀ 8 ਲੱਖ ਰੁਪਈਆ? ਜਗਦੀਸ਼ ਭੋਲਾ ਜਿਹੜਾ ਡੀਐਸਪੀ ਸੀਗਾ ਜਿਹੜਾ ਜੇਲ੍ਹ ਦੇ ਅੰਦਰ ਆ ਜਿਹੜਾ ਨਸ਼ਿਆਂ ਦਾ ਵੱਡਾ ਸਮਗਲਰ ਆ ਉਹਦੇ ਪਰਿਵਾਰ ਦਾ ਦੇਣਾ ਸੀ ਔਰ ਉਸ ਦੇ ਬਾਪ ਨੇ ਹੁਣ ਕੁਛ ਸਾਲਾਂ ਦੇ ਬਾਅਦ ਫਿਰ ਕਹਿੰਦਾ ਕਿ ਸਾਡਾ ਤਾਂ ਜੀ ਇਹਦੇ ਬੰਨੀ 1.25 ਲੱਖ ਰੁਪਈਆ ਰਹਿੰਦਾ, ਉਹ ਸਾਡੇ ਕੋਲ ਚੈੱਕ ਆ। ਇਹਦੇ ਆਧਾਰ ਦੇ ਉੱਤੇ ਉਹਨਾਂ ਨੇ ਕੋਰਟ ਦੇ ਵਿੱਚ ਕੇਸ ਲਾਤਾ ਅਤੇ ਕਹਿੰਦੇ ਜੀ ਅਸੀਂ ਮਤਲਬ ਹੁਣ ਇਹਦੀ ਕੁਰਕੀ ਲਿਆਂਦੀ ਅਤੇ ਉਹਦੇ ਪੈਸੇ ਉਹ ਕਹਿੰਦੇ ਵੀ 1,85,000 ਰੁਪਏ ਬਣਦੇ ਆ। ਪਰਸੋਂ ਚੌਥੀ ਦੁਬਾਰਾ ਜਥੇਬੰਦੀਆਂ ਦਾ ਵਫਦ ਉਹਨਾਂ ਨੂੰ ਵੀ ਮਿਲਿਆ ਕਿ ਕੋਈ ਗੱਲ ਨਹੀਂ, ਜੇ ਤੁਹਾਡਾ ਕੋਈ ਪਲੈਨ ਦੇਣਾ ਹੈਗਾ ਅਸੀਂ ਪੈਸੇ ਨਹੀਂ ਮੁਕਰਾਉਂਦੇ, ਜਿੰਨੀ ਕਿਸਾਨ ਦੀ ਹੈਸੀਅਤ ਆ ਅਸੀਂ ਉਹ ਪੈਸੇ ਦਵਾਉਣ ਨੂੰ ਤਿਆਰ ਹਾਂ। ਪਰ ਉਹ ਕਹਿੰਦਾ ਸਾਡਾ ਤਾਂ ਜੀ ਇਹਦੇ 'ਤੇ 4-5 ਲੱਖ ਰੁਪਇਆ ਹੋਰ ਖਰਚ ਹੋ ਗਿਆ, ਇਸ ਕਰਕੇ ਹੁਣ 1,85,000 ਨਹੀਂ ਅਸੀਂ 5 ਲੱਖ ਰੁਪਏ ਤੋਂ ਵੱਧ ਪੈਸੇ ਲਵਾਂਗੇ, ਜਿਹੜੇ ਉਹ ਕਿਸਾਨ ਦੇਣ ਦੀ ਹਾਲਤ 'ਚ ਨਹੀਂ ਸੀਗਾ। ਇਸ ਦੇ ਚੱਲਦਿਆਂ ਅੱਜ ਕਿਸਾਨ ਨੇ ਜਿਹੜਾ ਲਗਾਤਾਰ 9-10 ਸਾਲਾਂ ਤੋਂ ਜਥੇਬੰਦੀਆਂ ਦੇ ਸੰਘਰਸ਼ ਦੇ ਵਿੱਚ ਸ਼ਾਮਿਲ ਹੁੰਦਾ ਰਿਹਾ ਪਰ ਇੱਕ ਤਰ੍ਹਾਂ ਦੇ ਨਾਲ ਉਹ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ ਇਸ ਸੂਦਖੋਰੀ ਪ੍ਰਬੰਧ ਦੇ ਅੱਗੇ, ਅਤੇ ਇਹਦੇ ਵਾਸਤੇ ਇੱਥੋਂ ਦੀ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਜ਼ਿੰਮੇਵਾਰ ਆ ਜਿਹੜੀ ਸੂਦਖੋਰਾਂ ਨੂੰ ਇੰਨੀ ਖੁੱਲ੍ਹ ਛੁੱਟੀ ਦਿੱਤੀ ਹੋਈ ਹੈ। ਅਤੇ ਹਾਲਤ ਇੱਥੇ ਇਹ ਹੈ ਕਿ ਮਾਨ ਸਰਕਾਰ ਦਾਅਵੇ ਇਹ ਕਰਦੀ ਹੈ ਕਿ ਸਾਡੇ ਵਾਸਤੇ ਸਿਹਤ ਅਤੇ ਸਿੱਖਿਆ ਪ੍ਰਾਇਓਰਟੀ ਦਾ ਮਸਲਾ ਹੈ, ਪਰ ਜਦੋਂ ਇੱਥੇ ਹਸਪਤਾਲ ਦੇ ਵਿੱਚ ਲੈ ਕੇ ਗਏ ਆ ਉਸ ਬਜ਼ੁਰਗ ਨੂੰ ਵਿੰਦਰ ਸਿੰਘ ਨੂੰ ਤਾਂ ਇੱਥੇ ਸਾਹ ਵਾਲੀ ਜਿਹੜੀ ਬਨੌਟੀ ਸਾਹ ਦੇਣ ਵਾਲੀ ਮਸ਼ੀਨ ਆ ਉਹ ਵੀ ਇਹਨਾਂ ਕੋਲ ਹੈ ਨਹੀਂ ਸੀਗੀ, ਇਹਦੇ ਕਰਕੇ ਉਹਨੂੰ ਮੈਡੀਕਲ ਕਾਲਜ ਰੈਫਰ ਕੀਤਾ ਗਿਆ। ਔਰ ਪਰਸੋਂ ਦੇ ਅਖਬਾਰਾਂ ਦੇ ਵਿੱਚ ਤੁਸੀਂ ਪੜ੍ਹਿਆ ਹੋਊਗਾ ਚੌਥੇ ਦਿਨ 'ਚ ਕਿ ਡੀਸੀ ਕਹਿ ਰਿਹਾ ਕਿ ਮੈਂ ਇੱਥੇ ਮੈਡੀਕਲ ਟੀਮ ਦਾ ਪ੍ਰਬੰਧ ਕਰ ਰਿਹਾ, ਡਾਕਟਰਾਂ ਦੀ ਟੀਮ ਭੇਜ ਰਿਹਾ, ਪਰ 6 ਦਿਨ ਹੋ ਗਏ ਸੀ ਬੈਠਿਆਂ ਨੂੰ, ਕੋਈ ਮੈਡੀਕਲ ਦਾ ਪ੍ਰਬੰਧ ਨਹੀਂ ਕੀਤਾ, ਕੋਈ ਪਾਣੀ ਦਾ ਪ੍ਰਬੰਧ ਨਹੀਂ ਕੀਤਾ, ਕੋਈ ਟੋਇਲਟਾਂ ਦਾ ਪ੍ਰਬੰਧ ਨਹੀਂ ਕੀਤਾ, ਕੋਈ ਲਾਈਟ ਦਾ ਪ੍ਰਬੰਧ ਨਹੀਂ ਕੀਤਾ। ਜੇ ਐਂਬੂਲੈਂਸ ਮੌਕੇ ਸਿਰ ਹੁੰਦੀ, ਉਹਨੂੰ ਮੌਕੇ ਸਿਰ ਲਿਜਾਇਆ ਜਾਂਦਾ, ਡਾਕਟਰਾਂ ਦੀ ਟੀਮ ਹੁੰਦੀ ਤਾਂ ਸ਼ਾਇਦ ਉਸ ਕਿਸਾਨ ਨੂੰ ਬਚਾਇਆ ਜਾ ਸਕਦਾ ਸੀਗਾ। ਇਸ ਮਾਮਲੇ 'ਚ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬਲਵਿੰਦਰ ਸਿੰਘ ਨਾਮ ਦਾ ਜ਼ਿਲ੍ਹਾ ਬਠਿੰਡਾ ਦਾ ਪਿੰਡ ਰਾਏ ਸਿੰਘ ਵਾਲਾ ਦਾ ਰਹਿਣ ਵਾਲਾ ਸੀਗਾ, ਉਹ ਅੱਜ ਧਰਨੇ ਦੇ ਵਿੱਚ ਇੱਥੇ ਸ਼ਾਮਿਲ ਹੋਣ ਲਈ ਆਇਆ ਸੀ, ਜਿਹਨੇ ਕੋਈ ਜ਼ਹਿਰੀਲੀ ਜਿਹੜੀ ਚੀਜ਼ ਨਿਕਲੀ ਜਿਸ ਕਰਕੇ ਉਹਦੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ 'ਚ ਜਾ ਕੇ ਉਹਦੀ ਡੈਥ ਹੋ ਗਈ ਹੈ। ਉਹਨਾਂ ਦੇ ਜਿਹੜਾ ਪਰਿਵਾਰ ਵਾਰਸ ਜਿਹੜੇ ਆ ਰਹੇ ਨੇ ਉਹ ਜੋ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਇੱਥੇ ਕੀਤੀ ਜਾਊਗੀ। ਸਰ, ਕੁਛ ਜਥੇਬੰਦੀਆਂ ਦੇ ਆਗੂ ਇਹ ਕਹਿ ਰਹੇ ਸੀ ਕਿ ਕੋਈ ਸਾਬਕਾ ਡੀਐਸਪੀ ਦੇ ਉਹਦੇ ਫਾਦਰ ਦੇ ਵੱਲੋਂ ਉਹਨਾਂ ਦੇ ਨਾਲ ਇਹ ਪ੍ਰੈਸ਼ਰ ਪਾਇਆ ਗਿਆ ਵੀ ਉਹਨਾਂ ਦੀ ਜ਼ਮੀਨ ਦੀ ਕੁਰਕੀ ਕਰਾਈ ਗਈ ਹੈ, ਕੋਈ ਇਸ ਤਰ੍ਹਾਂ ਦਾ ਵੀ ਮਾਮਲਾ ਸਾਹਮਣੇ ਆਇਆ? ਕੋਈ ਇਹਨਾਂ ਦਾ ਪੈਸਿਆਂ ਦਾ ਉੱਥੇ ਲੈਣ ਦੇਣ ਸੀਗਾ ਜਿਹਦੇ ਸੰਬੰਧ 'ਚ ਉਹ ਜਿਹਦੀ ਦੂਸਰੀ ਪਾਰਟੀ ਹੈ ਜਿਹੜਾ ਸਾਬਕਾ ਡੀਐਸਪੀ ਹੈ ਉਹਦੇ ਪਰਿਵਾਰ ਨਾਲ ਸੰਬੰਧਿਤ ਹੈ,
ਬਠਿੰਡੇ ਦਾ ਮੈਟਰ ਹੈ, ਇਸ ਬਾਰੇ ਉਹੀ ਤੁਹਾਨੂੰ ਜ਼ਿਆਦਾ ਜਾਣਕਾਰੀ ਦੇ ਸਕਦੇ ਹਾਂ। ਸਰਕਾਰ ਦਾਅਵਾ ਕਰ ਰਹੀ ਹੈ ਕਿ ਕਾਫੀ ਹੱਦ ਤੱਕ ਨਰਮੇ ਦੀ ਫਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਕਿਸਾਨਾਂ ਨੂੰ ਦੇ ਦਿੱਤਾ ਗਿਆ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਅਜੇ ਤੱਕ ਉਹਨਾਂ ਨੂੰ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਨਹੀਂ ਮਿਲਿਆ। ਸ਼੍ਰੀ ਮੁਕਤਸਰ ਸਾਹਿਬ ਤੋਂ ਤਰਸੇਮ ਢੋਡੀ ਦੀ ਰਿਪੋਰਟ, D5 ਚੈਨਲ ਪੰਜਾਬੀ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।